हेलो फ्रेंड्स, दिस इज गुरप्रीत सिंह फ्रॉम वीजा गो स्टडी अब्रॉड सेक्टर 17 चंडीगढ़। कैनेडा वीजा ते बिग अपडेट्स आ रही हैं, कोटा सिस्टम ते गल करांगे। जो एक डेटा रिलीज होया आईआरसीसी वालों, काफ़ी गुड न्यूज़ पीआर वाले लिए भी आ, और इन्दे नाल ही स्टूडेंट वीजा ते भी गल करांगे कि आउण वाला टाइम किवें दा होण वाला, कैनेडा नूं किन्नी क नीड आ, इंडियंस दी किन्नी क जरूरत आ एप्लीकेंट्स दी, ता किन्नी क पीपीआर इशू हो सकदी आ, किहड़े-किहड़े केसां दी पीपीआर आउण वाले टाइम दे विच इशू हो सकदी आ, ता काफ़ी अमेजिंग वीडियो रहण वाली आ। आलमोस्ट हर कैटागरी लिए वीडियो आ स्टूडेंट्स, 3 तों 4 मिनट की। मेरी रिक्वेस्ट आ इस वीडियो नूं स्टार्टिंग तों लैके एंड तक जरूर देखियो, और चैनल नूं शेयर करिया करो, सबसक्राइब करिया करो, और एक लाइक जरूर करिया करो एप्लीकेंट्स, ताकि एक मोटिवेशन बनी रहे, इस तरह ही तुहाडे लई ऑथेंटिक रिसर्च करके वीडियोज़ लैके आ सकी। तो सब तो पहला आप गल करांगे 2021 के पीआर केसां दी, दैन स्टूडेंट्स और स्पाउस की गल करांगे। 2021 दे विच 4,05,000 पीआर परमानेंट रेजिडेंसी जिहड़ी उह इशू कर चुके आ, और आने वाले टाइम दे विच 2022 जिहड़ा हुण आ साल चल रहा एप्लीकेंट्स, 4,31,645 एप्लीकेंट्स नूं जिहड़ी आ पीआर दित्ती जाऊगी, और उस तो बाद 2023 दे विच 4,47,000, मतलब इनक्रीज हो रहा, 4,47,055 एप्लीकेंट्स नूं जिहड़ी पीआर आ उह इशू कीती जाऊगी। 2024 दे विच इह लॉजिकली पॉइंट टू पॉइंट आपां कनैक्ट करांगे फ्रेंड्स, कि किवें कैनेडियन जिहड़ी एम्बेसी आ, कैनेडियन गौरमेंट आ, उन्हां नूं किन्नी कु ज़्यादा लोड आ साडे एप्लीकेंट्स दी, इंडियंस दी। तां 2024 दे विच फ्रेंड्स 4,51,000 दा जिहड़ा इह अंकड़ा उह पार कर चुक्या उन्हां दी डेटा दे अकॉर्डिंग, मतलब अज तो लैके 2021 तो लैके लास्ट ईयर तो 2024 तक 50,000 होर इनक्रीज हो रहा, मतलब वह की उन्हों का की लॉजिक की आ। अज कोई सारा डेटे दे विच उन्होंने दस्या कि सानू आईआर क्यों असी इमीग्रेशन जी इनक्रीज्ड करना चाहते हैं, पॉलिसी क्यों असी इस ते ज़्यादा पैसा ला रहे हैं, जी 85 मिलियन डॉलर जिहड़ा खर्च कर रहे हैं। उन्हों का यह एक फैक्ट है, एक थॉट प्रोसैस है कि 5 मिलियन कनेडियंस आ कहिंदे जिहड़े साडे, ਉਹ 2030 ਤੱਕ ਰਿਟਾਇਰ ਹੋ ਜਾਣਗੇ, ਮਤਲਬ ਵਰਕਰਸ ਔਰ ਕਈ ਤਰ੍ਹਾਂ ਦੇ ਹੋਰ ਅਫੀਸ਼ੀਅਲ ਰੈਂਕ ਤੋਂ, ਬਟ ਜਿਹੜਾ ਬਰਥ ਉਹਨਾਂ ਦਾ ਰੇਟ ਆ ਉਹ ਡਾਊਨ ਜਾ ਰਿਹਾ ਡੇ ਬਾਈ ਡੇ। ਇਸ ਕਰਕੇ ਉਹ ਕਹਿੰਦੇ ਕਿ ਸਾਨੂੰ 2030 ਤੱਕ ਜਿਹੜੇ 5 ਮਿਲੀਅਨ ਖਾਲੀ ਹੋ ਜਾਣਗੇ ਜਿਹੜੇ ਉਹਨਾਂ ਦੀ ਪੋਜੀਸ਼ਨਸ, ਉਹ ਫੁੱਲਫਿਲ ਕਰਨੀਆਂ ਬਹੁਤ ਜ਼ਰੂਰੀ ਆ। ਇੱਕ ਫਰੈਂਡਸ ਜਦੋਂ ਕੋਵਿਡ ਸੀ, ਕੋਵਿਡ-19 ਦਾ ਟਾਈਮ ਸੀ, ਪੈਂਡਮਿਕ ਦਾ ਟਾਈਮ ਸੀ, 9,60,000 ਜਿਹੜੇ ਸੀਟਾਂ ਜਿਹੜੀਆਂ ਖਾਲੀ ਹੋ ਗਈਆਂ ਸੀਗੀਆਂ ਅਫੀਸ਼ੀਅਲ ਰੈਂਕ ਤੋਂ, ਤਾਂ ਉਹ ਕਹਿੰਦੇ ਕਿ ਅਸੀਂ ਕਾਫੀ ਉਹਨਾਂ ਨੂੰ ਰੀਗੇਨ ਕੀਤਾ, ਬਟ ਹਲੇ ਵੀ 9,60,000 ਉਹ ਜਿਹੜੀਆਂ ਅਨਫਿਲਡ ਆ, ਹਜੇ ਤੱਕ ਫਿਲ ਨਹੀਂ ਹੋਈਆਂ, ਮਤਲਬ ਸਕਿੱਲਡ ਕੈਟਾਗਰੀ ਦੀ ਬਹੁਤ ਲੋੜ ਆ, ਜਿਵੇਂ ਨੈਣੀ ਕੇਅਰ ਵਾਲੇ ਆ, ਹੋਰ ਕਈ ਨੌਕ ਵਾਲੇ ਆ, ਕਈ ਸਕਿੱਲਡ ਕੈਟਾਗਰੀਜ਼ ਆ, ਉਹਨਾਂ ਦੀ ਕਾਫੀ ਜ਼ਿਆਦਾ ਡਿਮਾਂਡ ਆ, ਔਰ ਕਾਫੀ ਜ਼ਿਆਦਾ ਅੱਛਾ ਸਕਸੈਸ ਰੇਟ ਆ। ਜਿਵੇਂ ਕਿ ਹੁਣ FSWP ਵੀ ਸਟਾਰਟ ਕਰ ਦਿੱਤਾ ਗਿਆ, ਹਾਲਾਂਕਿ ਅਪ੍ਰੈਲ ਮਈ ਤੱਕ ਐਕਸਪੈਕਟ ਕੀਤਾ ਜਾ ਸਕਦਾ ਸੀ ਪੀਆਰ ਸਟਾਰਟ ਕਰਨਗੇ, ਬਟ ਉਹ ਐਡਵਾਂਸ ਦੇ ਵਿੱਚ ਹੀ ਜਿਹੜਾ ਉਹ ਸਟਾਰਟ ਕਰ ਚੁੱਕੇ ਆ, ਔਰ ਪੀਆਰ ਲਈ ਬਹੁਤ ਵੱਡੀ ਗੁੱਡ ਨਿਊਜ਼ ਆ, ਕਿਉਂਕਿ ਸਕਿੱਲਡ ਕੈਟਾਗਰੀ ਦੀ ਬਹੁਤ ਜ਼ਿਆਦਾ ਉੱਥੇ ਲੋੜ ਆ ਫਰੈਂਡਸ। ਨਾਲ ਦੀ ਨਾਲ ਹੀ ਫਰੈਂਡਸ ਆਪਾਂ ਗੱਲ ਕਰਾਂਗੇ ਜਿਹੜੇ ਸਟੂਡੈਂਟਸ ਆ, ਆਉਣ ਵਾਲੇ ਟਾਈਮ ਦੇ ਵਿੱਚ ਨੌਨ ਮੈਡੀਕਲ, ਜਿਵੇਂ ਮੈਂ ਪ੍ਰੀਵੀਅਸ ਵੀਡੀਓ ਵਿੱਚ ਵੀ ਦੱਸਿਆ ਸੀ, ਨੌਨ SDS ਵਾਲੇ ਜਿਹੜੇ ਐਪਲੀਕੈਂਟਸ ਆ, ਉਹਨਾਂ ਦੀ ਬਹੁਤ ਜ਼ਿਆਦਾ ਜਿਹੜੀ ਡਿਮਾਂਡ ਹੋਊਗੀ ਆਉਣ ਵਾਲੇ ਟਾਈਮ ਦੇ ਵਿੱਚ, ਔਰ ਵੀਜ਼ਾ ਪ੍ਰੋਸੈਸ ਸਮੂਥ ਕੀਤਾ ਜਾਊਗਾ, ਤਾਂ ਕਿ ਇੱਕ ਪਾਪੂਲੇਸ਼ਨ ਆ ਜਿਹੜੀ ਉੱਥੋਂ ਦੀ, ਉਹਨਾਂ ਨੂੰ ਮੇਨਟੇਨ ਕਰਕੇ ਰੱਖਣ ਲਈ ਸਟੂਡੈਂਟ ਵੀਜ਼ਾ 'ਤੇ ਵੀ ਜ਼ਿਆਦਾ ਫੋਕਸ ਕੀਤਾ ਜਾਊਗਾ। ਔਰ ਆਪਾਂ ਪਿਛਲੇ ਕਾਫੀ ਦਿਨਾਂ ਤੋਂ ਦੇਖਿਆ ਕਿ ਸਟੂਡੈਂਟ ਵੀਜ਼ਾ ਬਹੁਤ ਤੇਜ਼ੀ ਨਾਲ ਜਿਹੜਾ ਉਹਦੀ ਪ੍ਰੋਸੈਸਿੰਗ ਟਾਈਮ ਘਟਿਆ, ਔਰ ਪੋਜ਼ਿਟਿਵਿਟੀ ਔਰ ਜਿਹੜਾ ਇਹਦਾ ਪੋਜ਼ਿਟਿਵ ਰਿਜ਼ਲਟਸ ਆ ਉਹ ਜ਼ਿਆਦਾ ਜਿਹੜੇ ਅਨਾਊਂਸ ਹੋਏ ਆ ਕੁਛ ਕੁ ਦਿਨਾਂ ਦੇ ਵਿੱਚ। ਔਰ ਵਿਜ਼ਟਰ ਵੀਜ਼ਾ ਵਿੱਚ ਵੀ ਫਰੈਂਡਸ ਕਾਫੀ ਜ਼ਿਆਦਾ ਇਨਕਰੀਜ਼ ਹੋਇਆ, ਵਿਜ਼ਟਰ ਵੀਜ਼ਾ ਵੀ ਜਿਹੜੇ ਹੋਟਲ ਬੁਕਿੰਗ ਆ ਉਹਨਾਂ ਦੇ ਵੀ ਵੀਜ਼ਾਸ ਆ ਰਹੇ, ਡੇਲੀ ਦੇਖ ਰਹੇ ਹਾਂ, ਬਿਲਕੁਲ ਕੋਈ ਹਿਸਟਰੀ ਨਹੀਂ ਗੀ, ਤਾਂ ਵੀ ਫਰੈਂਡਸ ਉਹਨਾਂ ਦਾ ਵੀਜ਼ਾ ਲੱਗ ਰਿਹਾ। ਤਾਂ ਆਉਣ ਵਾਲਾ ਟਾਈਮ ਇੱਕ ਬ੍ਰਾਈਟ ਫਿਊਚਰ ਹੋਣ ਵਾਲਾ ਇੰਡੀਅਨਸ ਜਿੰਨੇ ਵੀ ਕੈਨੇਡਾ ਦਾ ਅਪਲਾਈ ਕਰਨ ਵਾਲੇ ਆ, ਤਾਂ ਬਹੁਤ ਜਲਦ ਆਪਾਂ ਦੇਖਾਂਗੇ ਕਿ ਹਰ ਕੈਟਾਗਰੀ ਨੂੰ ਪ੍ਰੋਪਰ ਜਿਹੜਾ ਇੱਕ ਪੋਜ਼ਿਟਿਵ ਰਿਜ਼ਲਟ ਜਿਹੜਾ ਮਿਲ ਦੇਖਣ ਨੂੰ ਆਪਾਂ ਨੂੰ ਮਿਲੂਗਾ ਸਭ ਨੂੰ। ਤਾਂ ਫਰੈਂਡਸ ਹੋਰ ਕਿਸੇ ਵੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਐਨੀ ਟਾਈਮ ਕੰਟੈਕਟ ਕਰ ਸਕਦੇ ਹੋ, ਵਟਸਐਪ ਜਿਹੜਾ ਗਰੁੱਪ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕਰ ਦਿੰਦਾ, ਤੁਸੀਂ ਜੁਆਇਨ ਕਰ ਲਓ, ਤਾਂ ਕਿ ਤੁਹਾਨੂੰ ਨਿਊ ਅਪਡੇਟਸ ਪਤਾ ਲੱਗ ਸਕਣ, ਖਾਸ ਕਰਕੇ ਕੈਨੇਡਾ ਰਿਲੇਟਡ, ਔਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਤੁਸੀਂ ਵਟਸਐਪ ਕਾਲ ਵੀ ਕਰ ਸਕਦੇ ਹੋ। ਤਾਂ ਫਰੈਂਡਸ ਇੰਨਾ ਟਾਈਮ ਦੇਣ ਦੇ ਲਈ ਫਾਰ ਯੂਅਰ ਲਵ ਐਂਡ ਰਿਸਪੈਕਟ, ਥੈਂਕ ਯੂ, ਧੰਨਵਾਦ।